माइक्रो ब्लॉगिंग साइट ट्विटर ने वड्डी कारवाई करदे होए 1,70,000 खाते बंद कर दिते ने। ਇਹ ਸਾਰੇ ਖਾਤੇ ਚੀਨੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਨ ਦੀ ਆੜ ਵਿੱਚ ਮੁਹਿੰਮ ਚਲਾ ਰਹੇ ਸਨ। ਨਾਲ ਹੀ ਇਹਨਾਂ ਖਾਤਿਆਂ ਦੁਆਰਾ ਗਲਤ ਜਾਣਕਾਰੀ ਵੀ ਫੈਲਾਈ ਜਾ ਰਹੀ ਸੀ। ਉੱਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਖਾਤਿਆਂ ਦੇ ਉਪਭੋਗਤਾਵਾਂ ਨੇ ਸਾਡੀਆਂ ਨੀਤੀਆਂ ਦਾ ਉਲੰਘਣ ਕੀਤਾ। CNN ਦੀ ਰਿਪੋਰਟ ਮੁਤਾਬਕ ਮਾਹਰਾਂ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਸਾਰੇ ਖਾਤਿਆਂ ਦੇ ਟਵੀਟ ਵਿੱਚ ਹਾਂਗਕਾਂਗ ਦੇ ਵਿਰੋਧ ਪ੍ਰਦਰਸ਼ਨ ਤੇ ਕੋਵਿਡ-19 ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਇਹਨਾਂ ਟਵੀਟਸ ਵਿੱਚ ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਸਮਰਥਨ ਵੀ ਕੀਤਾ ਗਿਆ ਸੀ। ਇਸ ਕਾਰਨ ਇਹਨਾਂ ਸਾਰੇ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਇਹ ਸਾਰੇ ਟਵੀਟ ਚੀਨੀ ਭਾਸ਼ਾ ਵਿੱਚ ਕੀਤੇ ਗਏ ਸਨ। ਟਵਿੱਟਰ ਨੇ ਕਿਹਾ ਕਿ ਅਸੀਂ 23,750 ਖਾਤਿਆਂ ਦੀ ਪਛਾਣ ਕੀਤੀ ਹੈ ਜੋ ਚੀਨ ਦਾ ਸਮਰਥਨ ਕਰ ਰਹੇ ਸਨ। ਇਸ ਦੇ ਨਾਲ 1,50,000 ਖਾਤੇ ਅਜਿਹੇ ਵੀ ਸਨ ਜੋ ਇਹਨਾਂ ਖਾਤਿਆਂ ਰਾਹੀਂ ਕੀਤੇ ਗਏ ਟਵੀਟਸ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਆਸਟ੍ਰੇਲੀਅਨ ਰਣਨੀਤਿਕ ਨੀਤੀ ਸੰਸਥਾ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਚੀਨੀ ਮੁਹਿੰਮ ਦਾ ਮਕਸਦ ਵਿਦੇਸ਼ ਵਿੱਚ ਰਹਿਣ ਵਾਲੇ ਚੀਨੀ ਨਾਗਰਿਕਾਂ ਨੂੰ ਟਾਰਗੇਟ ਕਰਨਾ ਸੀ।